अजीत वैब टीवी देखने वाले दर्शकों, अज असी पहुंचे हैं बाघा पुराणा विखे, जिथे मुख्यमंत्री कैप चरणजीत सिंह चन्नी थोड़ी देर तक पहुंचने वाले ने। पर उस तो पहला जिहड़ा हैगा पंजाब दीआं वख वख संघर्ष कमेटियां ने, जिन्हां ने वड्डे पद्धर ते जिहड़ा हैगा संघर्ष विढ़िया होया आपो अपने पक्के होण लई, सो उन्हां दा जिहड़ा अज दा उन्हां ने आपदा इत्थे संघर्ष चालू करता है। सो तुसीं देख रहे हो कि किस तरह जिहड़ियां मुलाजम जथेबंदियां ने वख वख तरह अपना संघर्ष विढ़िया है, ते उन्हां दे पंजाब सरकार नूं मुर्दाबाद दे नारेबाजी कर रहीआं ने। सो इधर तुसीं देख रहे हो तस्वीरां किस तरह मुख्यमंत्री दे आउण दे विच, किस तरह तुसीं देख रहे हो कि जिहड़ियां मुलाजम जथेबंदियां वख वख मुलाजम जथेबंदियां इत्थे पहुंचियां होई हैं। सो इत्थे उह जिहड़ा मुख्यमंत्री चरणजीत सिंह चन्नी दा घराओ करन लई पहुंचियां होई हैं। सो असीं गल्लबात भी करांगे जिहड़ियां मुलाजम जथेबंदियां दे अगों नाल उह की करनगे। तुसीं देख रहे हो कि वख वख जथेबंदियां जिहड़ियां नियुक्ति पत्र ना जारी करन दे संबंध विच इत्थे पहुंचियां होई हैं। असीं गल्लबात भी करांगे वख वख जथेबंदियां दे आगू नाल उह की कहना चाहुंदे। प्रधानमंत्री मुर्दाबाद, 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 प्रधानमंत्री हाय हाय। अज दी जिहड़ा इस रोस प्रदर्शन दे विच की तुहाडियां मंगां ने, की कहना चाहुंदे तुसीं? सरकारी कॉलेजां विच पढ़ा रहे 906 गेस्ट फैकल्टी अध्यापकां दी यूनियन आई हुई है जी, साडी नौकरी सुरक्षित करो, ये साडी डिमांड है। और 56,100 जिहड़ी पे सरकारी खजाने चों चाहुंदे आ असीं, हुण तक जिहड़ी सानूं पे दित्ती जा रही है वह PTA फंड तों दित्ती जा रही, जिहड़ा कि विद्यार्थियों तों लिया जांदा। असीं चाहुंदे आ विद्यार्थियों वाला फंड बंद करके ते सानूं सरकारी खजाने विचों पे दित्ती जावे। अज जे असीं 21,000 ते पहुँचे सी तां हुण सरकार सानूं बाहर दा रस्ता विखा रही है कि तुसीं जाओ असीं नवयां नूं लै के आवांगे, साडा उहदे विरोध विच प्रदर्शन। जे अज मुख्यमंत्री चरणजीत सिंह चन्नी कोई नहीं तुहानूं आश्वासन दिंदे, कोई नहीं कोई भरोसा दिंदे, तां तुसीं अग्गे इस तों अग्गे तुहाडा की विचार की करना चाहुंदे? असीं जी अपना संघर्ष तिखा करांगे, जो साडे तों होया करांगे, मरन मराउण तक जावांगे, मरन वरत रखणे पे रखांगे, ਪਿੰਡਾਂ ਵਿੱਚ ਜਾਵਾਂਗੇ, ਲਾਮਬੰਦ ਕਰਾਂਗੇ ਆਪਣੇ ਵਿਦਿਆਰਥੀਆਂ ਨੂੰ, ਲੋਕਾਂ ਨੂੰ, ਅਤੇ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ। ਸੋ ਇਹ ਸੀ ਜਥੇਬੰਦੀ ਦੇ ਆਗੂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਹੈ ਇਹ ਮੁੱਖ ਮੰਤਰੀ ਕੱਟ ਦੇ। ਦੇਖੋ ਕਿਸ ਤਰ੍ਹਾਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਅੱਗੇ ਵੱਧ ਚੁੱਕੀਆਂ ਨੇ, ਜਿਹੜਾ ਸੰਘਰਸ਼ ਉਹ ਤਿੱਖਾ ਕਰ ਰਹੀਆਂ ਹੈ। ਉੱਧਰ ਪਤਾ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਹੈ ਜਿਹੜੇ, ਉਹ ਅਸੀਂ ਕੈਮਰਾਮੈਨ ਨੂੰ ਕਹਾਂਗੇ ਕਿ ਉਹ ਦਿਖਾਉਣ ਕੇ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਉਹ ਬਾਘਾ ਪੁਰਾਣਾ ਦੇ ਵਿੱਚ ਪਹੁੰਚ ਚੁੱਕੇ ਹੈ। ਸੋ ਇਸ ਕਰਕੇ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਦੇਖ ਰਹੇ ਹੋ ਅਜੀਤ ਅਜੀਤ ਵੈਬ ਟੀਵੀ, ਅਸੀਂ ਤੁਹਾਨੂੰ ਜਿਹੜੀਆਂ ਇੱਥੋਂ ਦੀਆਂ ਵੱਖ ਵੱਖ ਤਸਵੀਰਾਂ ਨਾਲੋਂ ਨਾਲ ਦਿਖਾਉਂਦੇ ਰਹਾਂਗੇ। ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕੋ, ਅਸੀਂ ਅੱਜ ਬਾਘਾ ਪੁਰਾਣੇ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਹੈਗੀਆਂ ਆਪਣਾ ਸੰਘਰਸ਼ ਕਰ ਰਹੀਆਂ। ਸੋ ਤੁਸੀਂ ਸਾਡੇ ਨਾਲ ਜੁੜੇ ਰਹੋ, ਹੈਗਾ ਵਿਰੋਧ ਕਰਨਾ ਲਗਾਤਾਰ ਉਹਨਾਂ ਦੇ ਨੇ। PTT ਸਿਲੈਕਟਡ ਕੈਂਡੀਡੇਟ ਯੂਨੀਅਨ ਹੈ ਜਿਹੜੀ, ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਕੀਤਾ ਹੋਇਆ। ਕਿਸ ਤਰ੍ਹਾਂ ਉਹਨਾਂ ਨੇ ਮੁਰਦਾਬਾਦ ਦੇ ਲਗਾਤਾਰ ਨਾਰੇ ਲਾਏ ਜਾ ਰਹੇ ਨੇ, ਅਸੀਂ ਗੱਲਬਾਤ ਕਰਾਂਗੇ, ਕੁਛ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੁੰਦੇ ਨੇ ਉਹ? ਕੀ ਕਹਿਣਾ ਚਾਹੁੰਦੇ ਨੇ? ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਜਿੰਦਾਬਾਦ ਦੇ ਨਾਰੇ ਗੁੰਜਾ ਰਹੇ ਹੋ, ਵਾਹ ਵਾਹ ਖਟਾ ਰਹੇ ਹੋ, ਆਹ ਜਿਹੜੇ ਮੁਲਾਜ਼ਮ ਇੱਥੇ ਮੁਰਦਾਬਾਦ ਦੇ ਨਾਰੇ ਗੁੰਜਾ ਰਹੇ ਨੇ, ਮਿਲਣ ਲਈ ਤਰਸ ਰਹੇ ਨੇ, ਇਹਨਾਂ ਨੂੰ ਵੀ ਮਿਲਵਾ ਕੇ। ਤੁਸੀਂ ਰਾਤ ਨੂੰ ਢਕਵੰਜਾ ਰਚਦੇ ਹੋ, ਹਫ਼ਤੇ ਬਾਅਦ ਇੱਕ ਦਿਨ ਘਰ ਕੰਧ 'ਤੇ ਆ ਕੇ ਦੋ ਚਾਰ ਬੀਬੀਆਂ ਨੂੰ ਮਿਲ ਲੈਂਦੇ ਹੋ, ਉਹਨਾਂ ਦੇ ਮਸਲੇ ਹੱਲ ਕਰਦੇ ਕਿ ਨਹੀਂ ਕਰਦੇ ਉਹ ਵੱਖਰੀ ਗੱਲ ਹੈਗੀ ਆ, ਪਰੰਤੂ ਜਿਹੜੇ ਆ ਬੇਰੁਜ਼ਗਾਰ ਜਿਹੜੇ ਕੱਚੇ ਮੁਲਾਜ਼ਮ ਵੱਖ ਵੱਖ ਵਿਭਾਗਾਂ ਦੇ ਜਿਹੜੇ ਆ ਕੌਮ ਦੇ ਸਿਰਜਕ ਅਧਿਆਪਕ ਇੱਥੇ ਤਰਸ ਰਹੇ ਨੇ ਤੁਹਾਨੂੰ ਮਿਲਣ ਲਈ ਆਪਣੇ ਮੁੱਦੇ ਲੈ ਕੇ। ਤੁਸੀਂ ਕਿਹਦਾ ਮੁੱਦਾ ਹੱਲ ਕੀਤਾ? 36,000 ਮੁਲਾਜ਼ਮ ਤੁਸੀਂ ਪੱਕੇ ਕਰਨ ਦੇ ਬੋਰਡ ਲਾਤੇ ਸਾਰੇ ਪੰਜਾਬ ਦੇ ਵਿੱਚ, ਇੱਕ ਵੀ ਮੁਲਾਜ਼ਮ ਦਿਖਾ ਦਿਓ ਕਿਹੜੇ ਮੁਲਾਜ਼ਮ ਮਹਿਕਮੇ ਦਾ ਮੁਲਾਜ਼ਮ ਪੱਕਾ ਕੀਤਾ? ਮੈਂ ਜਾਣਦਾ ਕਿ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਜਿਹੜੀ ਤੁਹਾਡੀ ਯੂਨੀਅਨ ਹੈ ਇਹ ਸੰਘਰਸ਼ ਕਰ ਰਹੀ ਹੈ, ਕੀ ਤੁਹਾਨੂੰ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਵੀ ਕਦੇ ਕੁਝ ਵਿਸ਼ਵਾਸ ਦਿੱਤਾ ਕਿ ਤੁਹਾਨੂੰ ਰੱਖਿਆ ਜਾਊਗਾ ਜਾਂ ਨਹੀਂ, ਜਾਂ ਕੈਪਟਨ ਸਰਕਾਰ ਜਿਹੜੀ ਪਹਿਲਾਂ ਚੱਲ ਗਈ ਹੈ ਉਹਨਾਂ ਨੇ ਕੋਈ ਵਿਸ਼ਵਾਸ ਦਿੱਤਾ ਸੀ ਤੁਹਾਨੂੰ? ਕੈਪਟਨ ਸਰਕਾਰ ਦੀ ਗੱਲ ਸੁਣ ਲਓ, ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਧਰਨੇ ਵਿੱਚ ਆ ਕੇ ਕੈਪਟਨ ਕਹਿੰਦਾ ਸੀ ਆਪ
ਕਹਿੰਦਾ ਤੁਹਾਡੇ ਨਾਲੋਂ ਤਾਂ ਮੇਰਾ ਮਾਲੀ ਤਨਖਾਹ ਵੱਧ ਲੈਂਦਾ, ਤੁਹਾਡੇ ਹਾਲਾਤ ਕਿੰਨੇ ਮਾੜੇ ਨੇ, ਮੈਂ ਆਉਣ ਸਾਰ ਤੁਹਾਨੂੰ ਪਹਿਲੀ ਕੈਬਨਿਟ 'ਚ ਪੱਕਾ ਕਰੂੰਗਾ। ਤਾਂ ਕਿਹੜੀ ਕੈਬਨਿਟ ਦੀ ਗੱਲ ਕਰਦੇ ਹੋ, ਸਾਰੀਆਂ ਕੈਬਨਿਟਾਂ ਲੰਘੀਆਂ, ਉਹ ਸਾਰੇ ਲੱਦੇ ਗਏ, ਕੈਪਟਨ ਆਪ ਵੀ ਲੱਦਾ ਗਿਆ, ਤਾਂ ਨਵਾਂ ਮੁੱਖ ਮੰਤਰੀ ਆਇਆ, ਅਤੇ ਇਹਦੇ ਕੋਲ 2 ਮਹੀਨਿਆਂ 'ਚ ਮੈਨੂੰ ਲੱਗਦਾ ਕਾਂਗਰਸ ਨੇ ਇਹਨਾਂ ਨੂੰ ਸਿਰਫ ਇੱਕੋ ਹੀ ਕਿਹਾ, ਤੁਸੀਂ ਐਲਾਨ ਕਰ ਦਿਓ ਜਿੰਨੇ ਕਰ ਸਕਦੇ ਆ, ਸਿਰਫ ਐਲਾਨ ਕੀਤੇ ਜਾ ਰਹੇ ਆ, ਕੋਈ ਵਾਅਦਾ ਜਿਹੜਾ ਵਫਾ ਨਹੀਂ ਕੀਤਾ ਗਿਆ ਅਜੇ ਤੱਕ। 13,000 ਕੱਚੇ ਮੁਲਾਜ਼ਮ ਇੱਥੇ ਰੁਲ ਰਹੇ ਸੀ, ਇੱਕ ਵੀ ਮੁਲਾਜ਼ਮ ਜੇ ਪੱਕਾ ਕੀਤਾ ਹੁੰਦਾ ਸੀ ਪੱਕੇ ਨਾ ਹੁੰਦੇ। ਜੇ ਘਰ ਘਰ ਰੁਜ਼ਗਾਰ ਦੀ ਗੱਲ ਕੀਤੀ ਜਾ ਰਹੀ ਆ, ਤਾਂ ਇਹ ਕੌਣ ਬੇਰੁਜ਼ਗਾਰ ਨੇ, ਇਹ ਕਿਹੜੀ ਸਟੇਟ ਤੋਂ ਤਰਸ ਰਹੇ ਨੇ ਨੌਕਰੀ ਵਾਸਤੇ? ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਝੂਠੇ ਜਿਹੜੇ ਹੈਗੇ ਆ ਤੁਸੀਂ ਸਹੂਲਤਾਂ ਦੇਣ ਦੀ ਬਜਾਏ, ਜਿਹੜਾ ਤੁਸੀਂ ਕਣਕ ਦਾ ਆਟਾ ਵੰਡ ਰਹੇ ਹੋ ਇਹਨਾਂ ਦੀ ਬਜਾਏ ਘਰ ਘਰ ਰੁਜ਼ਗਾਰ ਦਿਓ, ਲੋਕ ਇੰਨੇ ਕਾਬਲ ਹੋ ਜਾਣ, ਇਹ ਆਪਣਾ ਆਟਾ ਦਾਲ ਆਪ ਖਰੀਦ ਸਕਣ, ਇਹ ਇੰਨੇ ਮਜ਼ਬੂਤ ਆਪਣੇ ਹੋ ਜਾਣ, ਤਾਂ ਕਿ ਇਹ ਗੁਲਾਮ ਨਾ ਰਹਿਣ, ਇਹ ਆਪ ਆਪਣੇ ਰੁਜ਼ਗਾਰ ਦੇ ਨਾਲ ਆਪਣੀ ਜ਼ਿੰਦਗੀ ਜੀ ਸਕਣ। ਇਹ ਸਨ ETT ਜਿਹੜੇ ਅਧਿਆਪਕ ਜਿਹੜੇ ਕਾਮੇ ਹੈ, ETT ਅਧਿਆਪਕ ਯੂਨੀਅਨ ਦੇ ਜਿਹੜੇ ਵਰਕਰ ਹੈ ਇੱਥੇ ਪਹੁੰਚੇ ਹੋਏ ਨੇ, ਜਿਹੜਾ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ। ਤੁਸੀਂ ਬਾਘਾ ਪੁਰਾਣਾ ਦੇ ਵਿੱਚ ਲਗਾਤਾਰ ਤਸਵੀਰਾਂ ਦੇਖਦੇ ਰਹੋ, ਉੱਧਰ ਦੂਜੇ ਪਾਸੇ ਜਿਹੜੇ NHM ਕਾਮੇ ਨੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ, ਨਾਲੋਂ ਨਾਲ ਉਹਨਾਂ ਨੇ ਭਾਸ਼ਣ ਦਾ ਬਾਈਕਾਟ ਕਰਕੇ ਜਿਹੜੀ ਨਾਅਰੇਬਾਜ਼ੀ ਸ਼ੁਰੂ ਕੀਤੀ ਹੋਈ ਹੈ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। NHM ਕਾਮਿਆਂ ਵੱਲੋਂ ਜਾਂ ਲਗਾਤਾਰ ਜਿਹੜੀ ਨਾਅਰੇਬਾਜ਼ੀ ਜਾਰੀ ਹੈ, ਮੁੱਖ ਮੰਤਰੀ ਦੇ ਭਾਸ਼ਣ ਦਾ ਬਾਈਕਾਟ ਕਰਕੇ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਆਪਾਂ ਦੇਖਦੇ ਹਾਂ ਅੱਗੇ ਇੱਕ ਹੋਰ ਜਥੇਬੰਦੀ ਹੈ ਜਿਹੜੀ, ਉਹ ਵੀ ਆਪਣਾ ਸੰਘਰਸ਼ ਵਿੱਢਿਆ ਹੋਇਆ ਹੈ। ਦੇਖ ਰਹੇ ਮੇਰੀ ਉਮਰ 20 ਸਾਲ ਦੀ ਹੈ ਜੀ, ਮੈਂ ਇੰਨੇ ਵਾਰ 14 ਵਾਰ ਖੇਡ ਚੁੱਕੀ ਹਾਂ, ਮੈਂ ਇੱਕ ਅੱਤਵਾਦ ਤਾਂ ਨਹੀਂ ਮੰਨਣਾ, ਉਹ ਵੀ ਸਾਡੇ ਵਾਰੀ ਇੱਕ ਆਮ ਇਨਸਾਨ ਆ। ਸੋ ਜਿਹੜੀ ਹੈਗੀ ਪੁਲਿਸ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਇੱਕ ਸਿਸਟਮ ਦੇ ਅੰਦਰ ਉਹ ਰੈਲੀ ਦੌਰਾਨ ਉਹਨਾਂ ਨੂੰ ਅੰਦਰ ਨਹੀਂ ਐਂਟਰੀ ਨਹੀਂ ਦਿੱਤੀ ਜਾਵੇਗੀ। ਸੋ ਤੁਸੀਂ ਬਾਘਾ ਪੁਰਾਣਾ ਦੇ ਹਾਲਾਤ ਹੈ ਜਿਹੜੇ ਲਗਾਤਾਰ ਦੇਖਦੇ ਰਹੋ। ਬਾਘਾ ਪੁਰਾਣਾ ਦਾਣਾ ਮੰਡੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਪਹੁੰਚ ਰਹੇ, ਉੱਥੇ ਜਿਹੜੀ ਐਂਟਰੀ ਹੈ ਬਿਲਕੁਲ, ਜਿਹੜੇ ਲੋੜਵੰਦ ਬੱਚੇ ਪਹੁੰਚ ਰਹੇ ਉਹਨਾਂ ਦੀ ਐਂਟਰੀ ਬਿਲਕੁਲ ਪੁਲਿਸ ਵੱਲੋਂ ਬੰਦ ਕੀਤੀ ਗਈ ਹੈ। ਕੀ ਕਹਿੰਦੇ ਨੇ ਆਪਾਂ ਜਾਣਦੇ, ਕੀ ਕਹਿੰਦੇ ਨੇ ਉਹ? ਮੈਂ ਇੱਕ 14 ਵਾਰ ਪਲੇਅਰ ਹਾਂ ਜੀ, ਚੈਂਪੀਅਨਸ਼ਿਪ ਫਾਸਟ ਖੇਡੀ ਹੋਈ ਜੀ, ਮੈਂ ਮੇਰਾ ਗ੍ਰੇਡੇਸ਼ਨ ਮੇਰਾ ਸਰਟੀਫਿਕੇਟ ਆ, ਉਹ ਗ੍ਰੇਡ ਸਰਟੀਫਿਕੇਟ, ਮੈਂ 14 ਵਾਰ ਪਲੇਅਰ ਖੇਡੀ ਹੋਈ, ਚੈਂਪੀਅਨਸ਼ਿਪ ਫਾਸਟ ਆ, ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਜਾ ਰਹੀ, ਦਿੱਤੀ ਜਾਂਦੀ ਗੀ। ਕੀ ਕਹਿੰਦੇ ਤੁਹਾਨੂੰ ਅੰਦਰ ਨਹੀਂ ਦਿੱਤਾ ਜਾ ਰਿਹਾ, ਦਿੱਤਾ ਜਾਣਾਗਾ, ਕਿਉਂਕਿ ਮੈਂ ਉਹਨਾਂ ਨੂੰ ਉਹ ਹੱਕ ਦੇ ਤੌਰ ਤੇ ਮਿਲਣਾ ਚਾਹੁੰਦੀ ਸੀ, ਕਿਉਂਕਿ ਚੰਨੀ ਸਾਹਿਬ ਖੁਦ ਇੱਕ ਪਲੇਅਰ ਆ ਗਏ, ਇਸ ਕਰਕੇ ਮੈਂ ਅੰਦਰ ਐਂਟਰੀ ਕਰਨਾ ਚਾਹੁੰਦੀ ਸੀ, ਪਰ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਜਾ ਦੇ ਰਹੀ ਹੈਗੀ। ਕਿੱਥੋਂ ਆਏ, ਕਿੱਥੋਂ? ਮੈਂ ਰੌਂਤੇ ਦੀ ਆ, ਜ਼ਿਲ੍ਹਾ ਮੋਗਾ, ਪਿੰਡ ਰੌਂਤਾ, ਜ਼ਿਲ੍ਹਾ ਮੋਗੇ ਦੇ ਰਹਿਣ ਵਾਲੇ ਤਹਿਸੀਲ ਨਿਹਾਲ ਸਿੰਘ ਵਾਲਾ, ਜਿਹੜੇ ਰਹਿਣ ਵਾਲੀ, ਮੇਰੀਆਂ 4 ਕੁੜੀਆਂ, ਹਸਬੈਂਡ ਮੇਰਾ ਹੈ ਨੀਗਾ, ਤੇ ਸਾਨੂੰ ਨੌਕਰੀਆਂ ਤੋਂ ਕੱਢਿਆ ਗਿਆ, ਤਿੰਨ ਚਾਰ ਸਾਲ ਹੋ ਗਿਆ, ਕੈਪਟਨ ਨੇ ਰੱਖਿਆ ਤੇ ਕੈਪਟਨ ਨੇ ਕੱਢਤਾ, ਤੇ ਮੇਰਾ ਭੌਂਕੇ ਫਿਰ ਚੁੱਲ੍ਹਾ ਤਪਾਉਣਾ ਚਾਹੀਦਾ, ਮੈਂ 3 ਮਿੰਟਾਂ ਮੈਂ ਕੀ ਕਰ ਸਕਾਂ। ਸੋ ਤੁਸੀਂ ਦੇਖ ਰਹੇ ਜੇ ਕਿ ਕਿਸ ਤਰ੍ਹਾਂ ਲੋਕ ਕੈਪਟਨ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਮਿਲਣ ਲਈ ਭਾਵੁਕ ਹੋ ਰਹੇ, ਪਰ ਪੁਲਿਸ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਰਹੀ ਹੈ। ਦਿੱਤਾ ਜਾਵੇ, ਕਿਉਂਕਿ ਮੈਂ ਇੱਕ ਪਲੇਅਰ ਹਾਂ, ਖੁਦ ਉਹ ਵੀ ਮੈਂ ਫਾਸਟ 14 ਵਾਰ ਚੈਂਪੀਅਨਸ਼ਿਪ ਫਾਸਟ ਆ, ਤੇ ਮੈਂ ਮੇਰੇ ਕੋਲ ਗ੍ਰੇਡੇਸ਼ਨ ਵਾਲਾ ਸਰਟੀਫਿਕੇਟ ਵੀ ਆ, ਮੈਨੂੰ ਤਾਂ ਮਿਲ ਦਿੱਤਾ ਜਾਵੇ, ਇੱਕ ਚੰਨੀ ਸਾਹਿਬ ਇੱਕ ਪਲੇਅਰ ਆ, ਮੈਨੂੰ ਇੱਕ ਪਲੇਅਰ ਦੇ ਤੌਰ 'ਤੇ ਮਿਲ ਦਿੱਤਾ ਜਾਵੇ, ਪਰ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਦੇ ਜਾ ਰਹੀਗੀ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਜਾਣਨ ਦੀ, ਪੁਲਿਸ ਤੋਂ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ, ਕੀ ਕਾਰਨ ਹੈ। ਆਪਾਂ ਗੱਲਬਾਤ ਕਰਾਂਗੇ ਮੈਡਮ, ਇਹਨਾਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ, ਕੀ ਕਾਰਨ ਹੈ, ਕੀ ਕਾਰਨ ਹੈ ਇਹਨਾਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ? ਮੈਡਮ ਕੁਛ ਦੱਸਿਆ ਜਾਵੇ ਕਿ ਇਹਨਾਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ? ਅਫਸਰਾਂ ਨਾਲ ਗੱਲ ਕਰੋ ਨਾ, ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ।
फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर के उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।